ਮਾਣਯੋਗ ਪ੍ਰਧਾਨ ਮੰਤਰੀ ਜੀ ਨਮਸਕਾਰ ਮੇਰਾ ਨਾਮ ਅਸ਼ੂਨੀ ਹੈ ਮੈਂ ਕੇਂਦਰੀ ਵਿਦਿਆਲਾ ਨੰਬਰ 2 ਮਧੁਰਾਈ ਤਾਮਿਲਨਾਡੂ ਦੀ ਵਿਦਿਆਰਥਣ ਹਾਂ ਮੇਰਾ ਤੁਹਾਨੂੰ ਇਹ ਪ੍ਰਸ਼ਨ ਹੈ ਕਿ ਜਦੋਂ ਮੇਰਾ ਨਤੀਜਾ ਚੰਗਾ ਨਹੀਂ ਆਉਂਦਾ ਤਾਂ ਮੈਂ ਆਪਣੇ ਪਰਿਵਾਰ ਦੀ ਨਾਰਾਜ਼ਗੀ ਕਿਸ ਤਰ੍ਹਾਂ ਦੂਰ ਕਰਾਂ ਮੈਂ ਜਿੰਨੇ ਨੰਬਰ ਚਾਹੁੰਦੀ ਆ ਮੇਰੇ ਉਹਨੇ ਨੰਬਰ ਨਹੀਂ ਆਉਂਦੇ ਵਧੀਆ ਵਿਦਿਆਰਥਣ ਹੋਣ ਦੇ ਨਾਤੇ ਵੀ ਵੱਡਿਆਂ ਦੀਆਂ ਉਮੀਦਾਂ ਇੰਨੀਆਂ ਵੱਧ ਹੁੰਦੀਆਂ ਨੇ ਕਿ ਜਿਹੜਾ ਵਿਅਕਤੀ ਇਮਤਿਹਾਨ ਦੇ ਰਿਹਾ ਹੁੰਦਾ ਏ ਉਸ ਉੱਪਰ ਬਹੁਤ ਜ਼ਿਆਦਾ ਦਬਾਅ ਹੁੰਦਾ ਹੈ ਅਤੇ ਉਹ ਡਿਪਰੈਸ਼ਨ ਵਿੱਚ ਚਲਾ ਜਾਂਦਾ ਹੈ ਅੱਜ ਕੱਲ੍ਹ ਹੱਥ ਕੱਟਣਾ ਅਤੇ ਚਿੜਚੜੇ ਹੋ ਜਾਣਾ ਵਿਦਿਆਰਥੀਆਂ ਵਿੱਚ ਆਮ ਗੱਲ ਹੋ ਗਈ ਹੈ ਅਤੇ ਉਹਨਾਂ ਦੀਆਂ ਭਾਵਨਾਵਾਂ ਦੀ ਕਦਰ ਕਰਨ ਵਾਲਾ ਕੋਈ ਨਹੀਂ ਹੁੰਦਾ ਕਿਰਪਾ ਕਰਕੇ ਇਸ ਵਿਸ਼ੇ ਤੇ ਮੇਰਾ ਮਾਰਗਦਰਸ਼ਨ ਕੀਤਾ ਜਾਵੇ ਧੰਨਵਾਦ ਸਰ ਧੰਨਵਾਦ ਅਸ਼ੁਨੀ ਮਾਰਯੋਗ ਪ੍ਰਧਾਨ ਮਤੇ ਜੀ ਨਵਦੇਸ਼ ਜਾਗਰ ਭਾਰਤ ਦੀ ਰਾਜਧਾਨੀ ਦਿੱਲੀ ਦਾ ਰਹਿਣ ਵਾਲਾ ਹੈ ਨਵਦੇਸ਼ ਹਾਲ ਵਿੱਚ ਬੈਠਾ ਹੈ ਅਤੇ ਆਪਣਾ ਪ੍ਰਸ਼ਨ ਪੁੱਛਣ ਦਾ ਚਾਹਵਾਨ ਹੈ। ਨਵਦੇਸ਼ ਕਿਰਪਾ ਆਪਣਾ ਸਵਾਲ ਪੁੱਛੋ। ਗੁੱਡ ਮਾਰਨਿੰਗ ਮਾਨਯੋਗ ਪ੍ਰਧਾਨ ਮੰਤਰੀ ਜੀ ਮੈਂ ਨਵਦੇਸ਼ ਜਾਗੁਰ ਕੇਂਦਰੀ ਵਿਦਿਆਲਾ ਪ੍ਰੀਤਮਪੁਰਾ ਦਿੱਲੀ ਖੇਤਰ ਤੋਂ ਹਾਂ। ਮਾਨਯੋਗ ਮੇਰਾ ਪ੍ਰਸ਼ਨ ਤੁਹਾਨੂੰ ਇਹ ਕਿ ਜਦੋਂ ਮੇਰਾ ਨਤੀਜਾ ਚੰਗਾ ਨਹੀਂ ਆਉਂਦਾ ਤਾਂ ਇਸ ਸਥਿਤੀ ਵਿੱਚ ਮੈਂ ਆਪਣੇ ਪਰਿਵਾਰ ਨਾਲ ਕਿਸ ਤਰ੍ਹਾਂ ਗੱਲਬਾਤ ਕਰਾਂ? ਕਿਰਪਾ ਇਸ ਵਿਸ਼ੇ ਤੇ ਮੇਰਾ ਮਾਰਗਦਰਸ਼ਨ ਕਰੋ ਧੰਨਵਾਦ ਧੰਨਵਾਦ ਨਵਦੇਸ਼ ਮਾਣਯੋਗ ਪ੍ਰਧਾਨ ਮੰਤਰੀ ਜੀ ਸੰਸਾਰ ਨੂੰ ਸ਼ਾਂਤੀ ਅਤੇ ਕਰੁਣਾ ਦਾ ਸੁਨੇਹਾ ਦੇਣ ਵਾਲੇ ਭਗਵਾਨ ਬੁੱਧ ਗੁਰੂ ਗੋਬਿੰਦ ਸਿੰਘ ਜੀ ਅਤੇ ਵਰਧਮਾਨ ਮਹਾਵੀਰ ਦੀ ਜਨਮ ਭੂਮੀ ਪ੍ਰਾਚੀਨ ਨਗਰ ਪਟਨਾ ਤੋਂ ਪ੍ਰਿੰਕਾ ਕੁਮਾਰੀ ਕੁਝ ਇਸੇ ਪ੍ਰਕਾਰ ਦੀ ਸਮੱਸਿਆ ਨਾਲ ਜੂਝ ਰਹੀ ਏ ਅਤੇ ਤੁਹਾਡਾ ਮਾਰਗਦਰਸ਼ਨ ਚਾਹੁੰਦੀ ਏ ਪ੍ਰਿੰਕਾ ਕਿਰਪਾ ਕਰਕੇ ਆਪਣਾ ਪ੍ਰਸ਼ਨ ਪੁੱਛੋ नमस्ते माननीय प्रधानमंत्री जी मेरा नाम प्रियंका कुमारी है मैं रवीना बालिका प्लस 2 विद्यालय राजेंद्र नगर पटना तो 11वीं दी विद्यार्थिनी हा मेरा प्रश्न ए कि मेरे परिवार وچ سب چنگے نمبراں نال پاس ہوئے نے مینوں وی چنگے نمبر ਲਿਆਉਣے نے اس ਲਈ میں تڑانچ چلی گئی ہاں اس ਲਈ ਤੁਸੀਂ میرا ماریشدرشن کرو ਧੰਨਵਾਦ ਧੰਨਵਾਦ प्रियंका माननीय प्रधानमंत्री जी ਅਸ਼ੁਨੀ ਨਵਦੇਸ਼ ਅਤੇ ਪ੍ਰਿਅੰਕਾ ਇਹ ਮਹਿਸੂਸ ਕਰਦੇ ਨੇ ਕਿ ਇਹ ਮਹੱਤਵਪੂਰਨ ਮੁੱਦਾ ਕਈ ਵਿਦਿਆਰਥੀਆਂ ਨੂੰ ਪ੍ਰਭਾਵਿਤ ਕਰਦਾ ਏ ਅਤੇ ਇਸ ਨੂੰ ਹੱਲ ਕਰਨ ਲਈ ਤੁਹਾਡਾ ਮਾਰਗਦਰਸ਼ਨ ਚਾਹੁੰਦੇ ਨੇ ਅਸ਼ੁਨੀ ਤੁਸੀਂ ਕ੍ਰਿਕਟ ਖੇਡਦੇ ਹੋ ਕ੍ਰਿਕਟ ਵਿੱਚ ਗੋਗਲੀ ਬਾਲ ਹੁੰਦੀ ਏ ਨਿਸ਼ਾਨਾ ਇੱਕ ਹੁੰਦਾ ਏ ਦਿਸ਼ਾ ਦੂਸਰੀ ਹੁੰਦੀ ਏ ਮੈਨੂੰ ਲੱਗਦਾ ਏ ਕਿ ਤੁਸੀਂ ਮੈਨੂੰ ਪਹਿਲੀ ਹੀ ਬਾਅਦ ਚ ਆਊਟ ਕਰਨਾ ਚਾਹੁੰਦੇ ਹੋ ਪਰਿਵਾਰ ਦੇ ਲੋਕਾਂ ਦੀਆਂ ਤੁਹਾਡੇ ਤੋਂ ਬਹੁਤ ਉਮੀਦਾਂ ਹੋਣਾ ਬਹੁਤ ਸੁਭਾਵੇਕੇ ਅਤੇ ਉਸ ਵਿੱਚ ਕੁਝ ਗਲਤ ਵੀ ਨਹੀਂ ਹੈ ਪਰ ਜੇ ਪਰਿਵਾਰ ਦੇ ਲੋਕ ਉਮੀਦਾ ਸੋਸ਼ਲ ਸਟੇਟਸ ਦੇ ਕਾਰਨ ਮਾਰਕ ਕਰ ਰਹੇ ਨੇ ਤਾਂ ਉਹ ਚਿੰਤਾ ਦਾ ਵਿਸ਼ਾ ਹੈ ਉਹਨਾਂ ਸੋਸ਼ਲ ਸਟੇਟਸ ਦਾ ਉਹਨਾਂ ਤੇ ਇੰਨਾ ਦਬਾਅ ਹੁੰਦਾ ਹੈ ਉਹਨਾਂ ਦੇ ਮਨ ਤੇ ਇੰਨਾ ਪ੍ਰਭਾਵ ਹੁੰਦਾ ਹੈ ਕਿ ਉਹਨਾਂ ਨੂੰ ਲੱਗਦਾ ਹੈ ਕਿ ਜਦੋਂ ਸੋਸਾਇਟੀ ਵਿੱਚ ਜਾਵਾਂਗੇ ਤਾਂ ਬੱਚਿਆਂ ਬਾਰੇ ਕੀ ਦੱਸਾਂਗੇ ਜੇ ਬੱਚੇ ਕਮਜ਼ੋਰ ਨੇ ਤੇ ਕਿਵੇਂ ਉਹਨਾਂ ਦੇ ਸਾਹਮਣੇ ਚਰਚਾ ਕਰਾਂਗੇ ਅਤੇ ਕਦੇ-ਕਦੇ ਮਾ ਬਾਬੀ ਤੁਹਾਡੀਆਂ ਸਮਰਥਾਵਾਂ ਜਾਣਨ ਦੇ ਬਾਵਜੂਦ ਵੀ ਆਪਣੇ ਸੋਸ਼ਲ ਸਟੇਟਸ ਦੇ ਕਾਰਨ ਆਪਣੇ ਆਸ-ਪਾਸ ਦੇ ਸਾਥੀਆਂ ਦੋਸਤਾਂ ਵਿੱਚ ਕਲੱਬ ਵਿੱਚ ਜਾਂਦੇ ਨੇ ਸੋਸਾਇਟੀ ਵਿੱਚ ਜਾਂਦੇ ਨੇ ਕਦੇ ਤਲਾਬ ਵਿੱਚ ਕੱਪੜੇ ਧੋਣ ਜਾਂਦੇ ਨੇ ਬੈਠਦੇ ਨੇ ਗੱਲਬਾਤ ਕਰਦੇ ਨੇ ਬੱਚਿਆਂ ਦੀਆਂ ਗੱਲਾਂ ਨਿਕਲਦੀਆਂ ਨੇ ਫਿਰ ਉਹਨਾਂ ਨੂੰ ਇੱਕ ਹੀਣਪਾਉਣਾ ਦਾ ਅਹਿਸਾਸ ਹੁੰਦਾ ਹੈ ਅਤੇ ਇਸ ਲਈ ਬਾਹਰ ਬਹੁਤ-ਬਹੁਤ ਵੱਡੀਆਂ ਗੱਲਾਂ ਦੱਸ ਦਿੰਦੇ ਨੇ ਆਪਣੇ ਬੱਚਿਆਂ ਲਈ ਤੇ ਫਿਰ ਹੌਲੀ-ਹੌਲੀ ਇਹ ਗੱਲਾਂ ਉਹਨਾਂ ਤੇ ਵੀ ਅਸਰ ਕਰਨ ਲੱਗ ਜਾਂਦੀਆਂ ਨੇ ਤੇ ਫਿਰ ਘਰ ਵਿੱਚ ਆ ਕੇ ਵੀ ਉਹੀ ਉਮੀਦਾਂ ਕਰਦੇ ਨੇ ਅਤੇ ਸਮਾਜ ਜੀਵਨ ਵਿੱਚ ਇਹ ਸਹਿਜ ਪ੍ਰਵਿਰਤੀ ਬਣੀ ਹੋਈ ਏ ਦੂਸਰਾ ਤੁਸੀਂ ਚੰਗਾ ਕਰੋਗੇ ਤਾਂ ਵੀ ਹਰ ਕੋਈ ਤੁਹਾਡੇ ਕੋਲੋਂ ਉਹੀ ਉਮੀਦ ਕਰੇਗਾ ਅਸੀਂ ਤਾਂ ਰਾਜਨੀਤੀ ਵਿੱਚ ਹਾਂ ਅਸੀਂ ਕਿੰਨੀਆਂ ਹੀ ਚੋਣਾ ਕਿਉਂ ਨਾ ਜਿੱਤ ਲਈਏ ਪਰ ਇਸ ਤਰ੍ਹਾਂ ਦਾ ਦਬਾਅ ਪੈਦਾ ਕੀਤਾ ਜਾਂਦਾ ਏ ਕਿ ਸਾਨੂੰ ਹਾਰਨਾ ਹੀ ਨਹੀਂ ਹੈ 200 ਲੈ ਆਏ ਹੋ ਤਾਂ ਬੋਲੇ 250 ਕਿਉਂ ਨਹੀਂ ਲੈ ਆਏ 250 ਲੈ ਆਏ ਤਾਂ 300 ਕਿਉਂ ਨਹੀਂ 300 ਲੈ ਆਏ ਤਾਂ 350 ਕਿਉਂ ਨਹੀਂ ਲੈ ਆਏ ਚਾਰੇ ਪਾਸਿਓਂ ਦਬਾਅ ਬਣਾਇਆ ਜਾਂਦਾ ਹੈ ਉਸੇ ਵਿੱਚ ਆਪਣਾ ਸਮਾਂ ਬਰਬਾਦ ਕਰੋਗੇ ਕਿ ਤੁਸੀਂ ਆਪਣੇ ਆਪ ਵਿੱਚ ਦੇਖੋਗੇ ਆਪਣੀ ਸਮਰਥਾ ਆਪਣੀ ਪ੍ਰਾਥਮਿਕਤਾ ਆਪਣੀ ਜ਼ਰੂਰਤ ਆਪਣੇ ਇਰਾਦੇ ਥੋੜਾ ਹਰ ਉਮੀਦ ਨੂੰ ਉਸ ਦੇ ਨਾਲ ਜੋੜੋ ਤੁਸੀਂ ਕਦੇ ক্রিকেট ਮੈਚ ਦੇਖਣ ਗਏ ਹੋਵੋਗੇ ਤਾਂ ਤੁਸੀਂ ਦੇਖਿਆ ਹੋਵੇਗਾ ਕਿ ਕੁਝ ਬੈਡਮਿੰਟਨ ਖੇਡਣ ਨਹੀਂ ਆਉਂਦੇ ਨੇ ਹੁਣ ਪੂਰਾ ਸਟੇਡੀਅਮ ਹਜ਼ਾਰਾਂ ਲੋਕ ਹੁੰਦੇ ਨੇ ਸਟੇਡੀਅਮ ਵਿੱਚ ਉਹ ਚੀਕਣਾ ਸ਼ੁਰੂ ਕਰ ਦਿੰਦੇ ਨੇ ਚੌਕਾ 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 ਛੱਕਾ ਛੱਕਾ ਸੈਕਸਰ ਕੀ ਉਹ ਆਡੀਅנס ਦੀ ਡਿਮਾਂਡ ਉੱਪਰ ਚੌਕੇ ਦੇ ਚੱਕੇ ਲਗਾਉਂਦਾ ਹੈ ਕਿ ਇਸ ਤਰ੍ਹਾਂ ਕਰਦਾ ਹੈ ਕੋਈ ਪਲੇਅਰ ਚੀਕਦੇ ਰਹਿਣ ਕਿ ਨਹੀਂ ਚੀਕਦੇ ਰਹਿਣ ਉਸ ਦਾ ਧਿਆਨ ਉਸ ਗੇਂ ਤੇ ਹੁੰਦਾ ਹੈ ਜੋ ਆ ਰਹੀ ਹੈ ਉਸ ਬੋਲਰ ਦੇ ਦਿਮਾਗ ਨੂੰ ਪੜਨ ਦੀ ਕੋਸ਼ਿਸ਼ ਕਰਦਾ ਹੈ ਅਤੇ ਜਿਸ ਤਰ੍ਹਾਂ ਦੀ ਗੇਂ ਦੇ ਉਸ ਤਰ੍ਹਾਂ ਦੀ ਹੀ ਖੇਡ ਖੇਡਦਾ ਹੈ ਨਾ ਕਿ ਆਡੀਅנס ਤੇ ਫੋਕਸ ਹੁੰਦਾ ਹੈ ਜੇ ਤੁਸੀਂ ਵੀ ਆਪਣੀ ਐਕਟੀਵਿਟੀ ਵਿੱਚ ਫੋਕਸ ਰਹਿੰਦੇ ਹੋ ਤਾਂ ਜੋ ਕੁਝ ਵੀ ਦਬਾਅ ਬਣਦਾ ਹੈ ਉਮੀਦਾਂ ਬਣਦੀਆਂ ਨੇ ਕਦੇ ਨਾ ਕਦੇ ਤੁਸੀਂ ਉਸ ਤੋਂ ਪਾਰ ਪਾਓਗੇ ਤੁਸੀਂ ਉਸ ਸੰਕਟਾਂ ਤੋਂ ਬਾਹਰ ਆ ਜਾਵੋਗੇ ਇਸ ਲਈ ਮੇਰੀ ਤੁਹਾਨੂੰ ਅਪੀਲ ਹੈ ਕਿ ਤੁਸੀਂ ਦਬਾਅ ਦੇ ਦਬਾਅ ਵਿੱਚ ਨਾ ਰਹੋ ਹਾਂ ਕਦੇ ਕਦੇ ਦੁਬਾਰਾ ਅਨਲਿਸਿਸ ਕਰੋ ਕਿਤੇ ਇਸ ਤਰ੍ਹਾਂ ਤੇ ਨਹੀਂ ਕਿ ਤੁਸੀਂ ਖੋਦ ਦੇ ਵਿਸ਼ੇ ਵਿੱਚ ਅੰਡਰ ਐਸਟੀਮੇਟ ਕਰ ਰਹੇ ਹੋ ਤੁਹਾਡੀ ਸਮਰੱਥਾ ਬਹੁਤ ਹੈ ਪਰ ਤੁਸੀਂ ਖੁਦ ਹੀ ਇੰਨੇ ਡਿਪਰੈਸਡ ਮੈਂਟੈਲਿਟੀ ਦੇ ਹੋ ਕਿ ਨਵਾਂ ਕਰਨ ਦੇ ਲਈ ਸੋਚਦੇ ਹੀ ਨਹੀਂ ਤਾਂ ਕਦੇ-ਕਦੇ ਉਹ ਉਮੀਦਾਂ ਬਹੁਤ ਵੱਡੀ ਤਾਕਤ ਬਣ ਜਾਂਦੀਆਂ ਨੇ ਵੱਡੀ ਊਰਜਾ ਬਣ ਜਾਂਦੀਆਂ ਨੇ ਅਤੇ ਇਸ ਲਈ ਉਮੀਦਾਂ ਮਾਪੇ ਨੂੰ ਕੀ ਕਰਨਾ ਹੈ ਉਹ ਮੈਂ ਪਹਿਲਾਂ ਹੀ ਕਿਹਾ ਹੈ ਸਮਾਜਿਕ ਦਬਾਅ ਵਿੱਚ ਮਾਪੇ ਨੂੰ ਬੱਚਿਆਂ ਤੇ ਦਬਾਅ ਟਰਾਂਸਫਰ ਨਹੀਂ ਕਰਨਾ ਚਾਹੀਦਾ ਹੈ ਪਰ ਬੱਚਿਆਂ ਨੂੰ ਆਪਣੀ ਸਮਰੱਥਾ ਤੋਂ ਘੱਟ ਵੀ ਆਪਣੇ ਆਪ ਨੂੰ ਨਹੀਂ ਸਮਝਣਾ ਚਾਹੀਦਾ ਅਤੇ ਦੋਵੇਂ ਚੀਜ਼ਾਂ ਨੂੰ ਜੋੜ ਦਿਓਗੇ ਤਾਂ ਮੈਨੂੰ ਪੱਕਾ ਵਿਸ਼ਵਾਸ ਹੈ ਕਿ ਤੁਸੀਂ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਨੂੰ ਬਹੁਤ ਆਰਾਮ ਨਾਲ ਹੱਲ ਕਰ ਲਵੋਗੇ